बोले सोने हाल सास भी अकाल राम अर्जन हर गोबिंद हर राय हर कृष्ण जी ते गोबिंद मरगिंद पहला दसवें पातशाह रचियो तीसरा पंथ ताज तीसरे पंथ के श्री गुरु साहेब ग्रंथ ज्ञान ध्यान किस कर्म न जाना सार न जाना तेरी सब ते वड्डा सतगुर नानक जिन कल राखी मेरी ਹੁੰਦਾ ਪਨ ਦਾਨ ਨਹੀਂ ਵੱਧਦਾ ਜੇ ਕੋਈ ਕਰਮੀ ਲੇਖਾ ਸ਼ੁਭ ਕਰਮ ਕਰੇਗਾ ਜੇ ਜਾਵੇ ਬਦਲ ਮੱਥੇ ਦੀ ਰੇਖਾ ਭਗਤੀ ਬਿਨ ਸੁਲਝੇ ਨਾ ਤੇਰੇ ਮੰਦ ਕਰਮਾਂ ਦੀ ਤਾਣੀ ਪਾਗਾਂ ਬਿਨ ਮਿਲਦੇ ਨਾ ਸਤਸੰਗ ਸੇਵਾ ਸਿਮਰਨ ਬਾਣੀ ਹੁੰਦਾ ਪਨ ਦਾਨ ਨਹੀਂ ਵੱਧਦਾ ਜੇ ਕੋਈ ਕਰਮੀ ਲੇਖਾ ਸ਼ੁਭ ਕਰਮ ਕਰੇਗਾ ਜੇ ਜਾਵੇ ਬਦਲ ਮੱਥੇ ਦੀ ਰੇਖਾ ਭਗਤੀ ਬਿਨ ਸੁਲਝੇ ਨਾ ਤੇਰੇ ਮੰਦ ਕਰਮਾਂ ਦੀ ਤਾਣੀ ਪਾਗਾਂ ਬਿਨ ਮਿਲਦੇ ਨਾ ਸਤਸੰਗ ਸੇਵਾ ਸਿਮਰਨ ਬਾਣੀ ਵੇਲੇ ਪ੍ਰਭ ਮਿਲਣੇ ਦੇ ਚਾਦਰ ਤਾਣ ਕੜਾੜੇ ਮਾਰੇ ਇਸ ਜਨਮੇ ਅਮੂਲਕ ਨੂੰ ਨਿਤ ਜਵਾਰੀ ਵਾਂਗਰ ਹਾਰ ਦੁਨੀਆ ਤੇ ਪੂਜੇ ਗਏ ਜਿਨ੍ਹਾਂ ਇਸ ਦੀ ਕਦਰ ਪਛਾਣੀ ਪਾਗਾਂ ਬਿਨ ਮਿਲਦੇ ਨਾ ਸਤਸੰਗ ਸੇਵਾ ਸਿਮਰਨ ਬਾਣੀ ਵਿੱਚ ਸੇਵਾ ਦੇ ਹੋ ਗਿਆ ਅਮਰਦਾਸ ਕੁਲ ਦੋਤਾ ਸਿਮਰਨ ਨੇ ਕਰਤਾ ਸੀ ਹਰ ਗੋਬਿੰਦ ਗੁਰੂ ਜਿਉ ਪੋਤਾ ਸੇਵਾ ਤੇ ਸਿਮਰਨ ਦੀ ਵੰਡੀ ਰਾਸ ਨੀ ਬਿਰਥਾ ਜਾਣੀ ਪਾਗਾਂ ਬਿਨ ਮਿਲਦੇ ਨਾ ਸਤਸੰਗ ਸੇਵਾ ਸਿਮਰਨ ਬਾਣੀ ਕਿਸਮਤ ਜਾਗ ਜਦੋ ਮਿਲ ਗਿਆ ਗਣਕਾਰੂ ਇੱਕ ਤੋਤਾ ਸਿੱਖਿਆ ਪ੍ਰਭ ਮਿਲਣੇ ਦੀ ਰਾਮਿਆ ਰਾਮ ਸਿਮਨ ਮਨ ਮੋਤਾ ਦਰ ਦਰ ਤੇ ਵਿਕਦੀ ਸੀ ਪੁੱਜ ਗਈ ਹਰ ਦਰ ਤੱਕ ਸਵਾਣੀ ਪਾਗਾ ਮਿਲ ਮਿਲ ਦੇਣਾ ਸਤਸੰਗ ਸੇਵਾ ਸਿਮਰਨ ਬਾਣੀ ਭਾਗਾਂ ਬਿਨ ਮਿਲਦੇ ਨਾ ਸਤਸੰਗ ਸੇਵਾ ਸਿਮਰਨ ਬਾਣੀ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜੇ ਜੀਓ ਜੀਆ ਜੇਕਰ ਜ਼ਿੰਦਗੀ ਲੋੜਦਾ ਏ ਪਰ ਉਪਕਾਰ ਦੇ ਲਈ ਹਲਾਕ ਹੋ ਜਾ ਲਾ ਦੇ ਦੂਈ ਦਵੈਤ ਦੀ ਮੈਲ ਦਿਲ ਤੋਂ ਮਾਣ ਤਾਣ ਛੱਡ ਕੇ ਹੌਲਾ ਪਾਕ ਹੋ ਜਾ ਪਲਕਾਂ ਉੱਤੇ ਬਿਠਾਉਣਗੇ ਲੋਕ ਤੈਨੂੰ ਗੁਰੂ ਨਾਨਕ ਦੇ ਚਰਨਾਂ ਦੀ ਖਾਕ ਹੋ ਜਾ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ 550 ਸਾਲਾ ਦੁਨੀਆ ਭਰ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਜਿੱਥੇ ਵੀ ਵਿਦੇਸ਼ਾਂ ਵਿੱਚ ਇੰਡੀਆ ਵਿੱਚ ਹਰ ਪਿੰਡ ਵਿੱਚ ਹਰ ਕਸਬੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਿਉਂਕਿ ਮਨਾਈਏ ਵੀ ਕਿਉਂ ਨਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਗੁਰੂ ਨਾਨਕ ਪਾਤਸ਼ਾਹ ਦਾ 550 ਆਗਮਨ ਪੁਰਬ ਮਨਾ ਰਹੇ ਹਰ ਰਾਏ ਸਾਹਿਬ ਗੁਰੂ ਘਰ ਵਿੱਚ ਬਹੁਤ ਧੂਮਧਾਮ ਨਾਲ ਬੜਾ ਵਿਸ਼ਾਲ ਇਹ ਪ੍ਰੋਗਰਾਮ ਜੋ 60-70 ਮੁਲਕਾਂ ਵਿੱਚ ਤੁਹਾਨੂੰ ਦੇਖਿਆ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਘਰਾਂ ਵਿੱਚ ਸੰਗਤ ਸੁਣ ਰਹੀ ਹੈ ਜੋ ਗੁਰੂ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਲੱਗਦੀ ਹੈ ਉਹ ਘਰਾਂ ਵਿੱਚ ਟੀ ਵੀ ਤਾਂ ਆਪਾਂ ਰੋਜ਼ ਦੇਖਦੇ ਹਾਂ ਪ੍ਰੋਗਰਾਮ ਬਹੁਤ ਰੋਜ਼ ਆਉਂਦੇ ਹਨ ਪਰ ਜਿਹੜਾ ਸਾਧ ਸੰਗਤ ਭਾਗਾਂ ਬਿਨ ਮਿਲਦੇ ਨਾ ਸਤਸੰਗ ਸੇਵਾ ਸਿਮਰਨ ਬਾਣੀ ਅਸੀਂ ਬੰਦਨਾ ਦੇ 4 ਕਪਹਿਰੇ ਕਹੇ ਹਨ ਕਿਉਂਕਿ ਟਾਈਮ ਦੀ ਨਜਾਕਤ ਨੂੰ ਦੇਖਦਿਆਂ ਹੋਇਆਂ ਟਾਈਮ ਸਾਡੇ ਕੋਲ ਸਾਰਾ ਹੀ
12-13 ਮਿੰਟ ਹਨ ਜਿਹਦੇ ਵਿੱਚ ਅਸੀਂ ਦੋ ਕਵਿਤਾ ਕਹਿ ਕੇ ਗੁਰੂ ਨਾਨਕ ਦੇ 550 ਸਾਲਾਂ ਨੂੰ ਸਮਰਪਿਤ ਆਪ ਤੋਂ ਖਿਮਾ ਮੰਗ ਲਵਾਂਗੇ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੋਵਾ, ਸਿੰਘ ਬੁੱਕੇ ਮਿਰਗਾ ਵਲੀ ਭੰਨੀ ਜਾਏ ਨਾ ਧੀਰ ਧਰੋਵਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਧੰਨ ਗੁਰੂ ਨਾਨਕ ਦੇ ਆਉਣ ਨਾਲ ਇਸ ਦੇਸ਼ ਵਿੱਚ ਜਿਹੜੇ ਸੁੱਕੇ ਬਾਗ ਉੱਥੇ ਕਿਵੇਂ ਹਰਿਆਵਲੀ ਬਹਾਰਾਂ ਆ ਗਈਆਂ। ਆਓ ਸਭ ਤੋਂ ਪਹਿਲਾਂ ਫਤਿਹ ਬੁਲਾ ਲਈਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਲਈਏ। ਜਿੰਨਾ ਚਿਰ ਬੋਲਣ ਵਾਲਾ ਵਕਤਾ ਫਤਿਹ ਨਹੀਂ ਬੁਲਾਉਂਦਾ, ਉਹਨਾਂ ਚਿਰ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ। ਗੱਜ ਕੇ ਫਤਿਹ ਬੁਲਾਇਓ, ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ। ਕਲਗੀਆਂ ਵਾਲੇ ਪਾਤਸ਼ਾਹ ਨੇ ਸਾਰੇ ਹੀ ਸਿੱਖਾਂ ਨੂੰ ਔਰ ਸਿੰਘਾਂ ਨੂੰ, ਅੰਮ੍ਰਿਤਧਾਰੀਆਂ ਨੂੰ, ਜਿੱਥੇ ਵੀ ਸਿੰਘ ਨੂੰ ਸਿੰਘ ਮਿਲਦਾ ਹੈ, ਫਤਿਹ ਬੁਲਾ ਕੇ ਆਪਣੇ ਆਪ ਨੂੰ ਵਡਭਾਗਾ ਸਮਝਦਾ ਹੈ, ਜਿਹਦੇ ਵਿੱਚ ਦੋ ਵਾਰੀ ਸਿਮਰਨ ਹੋ ਜਾਂਦਾ ਹੈ ਵਾਹਿਗੁਰੂ ਦਾ। ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰਨ ਮਾਛੀ ਦਾ ਚੰਦ ਬਣ ਕੇ ਸਤਿਗੁਰ ਨਾਨਕ ਆਇਆ, ਕੂੜ ਕਸਤ ਦਾ ਕੁੱਲ ਹਨੇਰਾ ਜਿਸਨੇ ਆਣ ਉਡਾਇਆ, ਭੁੱਲ ਗਈ ਸੀ ਰਸਤਾ ਦੁਨੀਆ ਰਸਤਾ ਉਸ ਵਿਖਾਇਆ, ਵੇਖ ਉਹਦੀ ਵਡਿਆਈ ਤਾਂ ਹੀ ਸਭ ਜਗ ਸੀਸ ਝੁਕਾਇਆ। ਗੁਣ ਗਾਈਏ ਵੀ ਕਿਉਂ ਨਾ ਗੁਰੂ ਨਾਨਕ ਪਾਤਸ਼ਾਹ ਦੇ, ਜਿਹਨੇ ਇਸ ਧਰਤੀ 'ਤੇ ਆ ਕੇ ਕਿੱਥੇ ਕਿੱਥੇ ਜਾ ਕੇ ਉਹਨਾਂ ਪਾਪੀ ਲੋਕਾਂ ਦਾ ਉਧਾਰ ਕੀਤਾ, ਸਿੱਧ ਗੋਸ਼ਟ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ, ਜਿਹੜੇ ਸਿੱਧ ਆਪਣੇ ਆਪ ਨੂੰ ਬੜੇ ਇੱਕ ਸਮਝਦੇ ਸਨ, ਤੰਤਰ ਮੰਤਰ ਜੰਤਰ ਰਿਧੀਆਂ ਸਿੱਧੀਆਂ ਵਸ ਕਰਕੇ ਉਹ ਪਹਾੜਾਂ 'ਤੇ ਚੜ੍ਹੇ ਹੋਏ ਸਨ। ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਜਾ ਕੇ ਉਹਨਾਂ ਨੂੰ ਗਿਆਨ ਦਿੱਤਾ। ਗੁਰੂ ਨਾਨਕ ਦੇ ਆਉਣ ਨਾਲ ਕਿਵੇਂ ਇਸ ਜਗ 'ਤੇ ਬਹਾਰਾਂ ਆਈਆਂ, ਆ ਇੱਕ ਕਲੀ ਛੰਦ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਨੂੰ ਸਮਰਪਿਤ ਉਹਨਾਂ ਦੇ ਜਨਮ ਦੀ ਕਲੀ ਕਿਵੇਂ ਵਧਾਈਆਂ ਕਲਿਆਣ ਚੰਦ ਨੂੰ ਮਿਲੀਆਂ, ਉਸ ਵੇਲੇ ਦਾ ਵਾਤਾਵਰਨ ਕਵੀ ਇਉਂ ਬਿਆਨ ਕਰ ਰਹੇ ਹਨ। ਵਿੱਚ ਤਲਵੰਡੀ ਸੰਮਤ 1526 ਨੂੰ, ਵਿੱਚ ਤਲਵੰਡੀ ਸੰਮਤ 1526 ਨੂੰ, ਸੋਹਣਾ ਰੂਪ ਧਾਰ ਕੇ ਨੂਰੀ ਨਾਨਕ ਆਇਆ, ਸੋਹਣਾ ਰੂਪ ਧਾਰ ਕੇ ਨੂਰੀ ਨਾਨਕ ਆਇਆ, ਪਾਪਾਂ ਦੀ ਧੁੰਦ ਸੱਚ ਦਾ ਸੂਰਜ ਚੜਿਆ ਜਾ, ਮਿਟ ਗਈ ਪਾਪਾਂ ਦੀ ਧੁੰਦ ਸੱਚ ਦਾ ਸੂਰਜ ਚੜਿਆ ਜਾ, ਮਿਲ ਕੇ ਦੇਵੀ ਦਿਓਤਿਆਂ ਆ ਕੇ ਪੁੱਲ ਵਰਸਾਇਆ, ਮਿਲ ਕੇ ਦੇਵੀ ਦਿਓਤਿਆਂ ਆ ਕੇ ਪੁੱਲ ਵਰਸਾਇਆ, ਵਧਾਈਆਂ ਮਹਿਤਾ ਜੀ ਪਟਵਾਰੀ ਨੂੰ, ਆ ਦੇਣ ਵਧਾਈਆ ਮਹਿਤਾ ਜੀ ਪਟਵਾਰੀ ਨੂੰ, ਚਾਚ ਲਾਲੂ ਨੇ ਵੀ ਲੱਖ ਲੱਖ ਸ਼ੁਕਰ ਮਨਾਇਆ, ਚਾਚੇ ਲਾਲੂ ਨੇ ਵੀ ਲੱਖ ਲੱਖ ਸ਼ੁਕਰ ਮਨਾਇਆ, ਬਲੀਆ ਦੇਵਲ ਸੰਤ ਮਨਾਉਣਾ ਠੱਗਾ ਤੋਂ, ਕੱਢ ਕੇ ਵਲੀਆ ਦੇ ਵੱਲ ਸੰਤ ਬਣਾਉਣਾ ਠੱਗਾ ਤੋਂ, ਡੇਰਾ ਕਸ਼ ਨੂੰ ਵੀ ਦੰਤੋਂ ਦੇਵ ਬਣਾਇਆ, ਕੋਡੇ ਰਾਕਸ਼ ਨੂੰ ਵੀ ਬੈਂਤੋਂ ਦੇਵ ਬਣਾਇਆ, ਕੱਢ ਕੇ ਭਾਗੋ ਨੂੰ ਗਲ ਲਾਇਆ ਲਾਲੋ ਕਿਰਤੀ ਨੂੰ, ਛੱਡ ਕੇ ਭਾਗੋ ਨੂੰ ਗਲ ਲਾਇਆ ਲਾਲੋ ਕਿਰਤੀ ਨੂੰ, ਸੋਧਣ ਦੁਨੀਆ ਨੂੰ ਮਰ ਦਾਨਾ ਨਾਲ ਰਲਾਇਆ, ਸੋਧਣ ਦੁਨੀਆ ਨੂੰ ਮਰ ਦਾਨਾ ਨਾਲ ਰਲਾਇਆ, ਸੋਧਣ ਦੁਨੀਆ ਨੂੰ ਮਰਦਾਨਾ ਨਾਲ ਰਲਾਇਆ। ਇੱਕ ਕਵਿਤਾ ਹੋਰ ਕਹਿ ਕੇ ਅਸੀਂ ਆਪ ਤੋਂ ਖਿਮਾ ਮੰਗ ਲਵਾਂਗੇ, ਕਿਉਂਕਿ ਬੁਲਾਰੇ ਬਹੁਤ ਹਨ ਜਿਨ੍ਹਾਂ ਨੂੰ ਵੰਡਵਾਂ ਟਾਈਮ ਦਿੱਤਾ ਜਾਣਾ ਹੈ।
ਅਸੀਂ ਆਪਣੇ ਬਹੁਤ ਧੰਨ ਭਾਗ ਸਮਝਦੇ ਹਾਂ ਕਿ ਮੈਨੇਜਮੈਂਟ ਜੋ ਇਸ ਪ੍ਰੋਗਰਾਮ ਦੀ ਮੈਨੇਜਮੈਂਟ ਉਹਨਾਂ ਨੂੰ ਵੱਲੋਂ ਸਾਨੂੰ ਧੰਨਵਾਦੀ ਬਣਾਇਆ ਗਿਆ ਹੈ। ਧੰਨਵਾਦ ਹੈ ਮੈਨੇਜਮੈਂਟ ਦਾ ਕਿ ਰੱਬ ਵਰਗੀਆਂ ਸੰਗਤਾਂ ਦੇ ਔਰ ਗੁਰੂ ਦੀ ਹਜ਼ੂਰੀ ਵਿੱਚ ਸੁਭਾਗ ਪ੍ਰਾਪਤ ਹੋਇਆ ਹੈ ਕਿ ਹਾਜ਼ਰੀ ਲੱਗ ਜਾਵੇ 550 ਸਾਲਾਂ ਨੂੰ। ਹਰ ਬੁਲਾਰੇ ਦੇ, ਹਰ ਕਥਾਵਾਚਕ ਦੇ ਕੀਰਤਨ ਕਵੀਸ਼ਰੀ ਢਾਡੀ ਮਨ ਵਿੱਚ ਹੁੰਦੀ ਹੈ ਕਿ ਗੁਰੂ ਚਰਨਾਂ ਵਿੱਚ ਸਾਡੀ ਹਾਜ਼ਰੀ ਲੱਗ ਸਕੇ। ਉਹ ਜੋ ਰਾਏ ਪੋਏ ਦੀ ਤਲਵੰਡੀ ਸੀ, ਉਹ ਨਾਨਕਿਆਣਾ ਸਾਹਿਬ ਕਿਵੇਂ ਬਣਿਆ? ਧੰਨ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਨਾਲ ਉਹ ਰਾਏ ਪੋਏ ਜੋ 20 ਪਿੰਡਾਂ ਦਾ ਮਾਲਕ ਸੀ, ਉੱਥੇ ਪਟਵਾਰੀ ਲੱਗੇ ਹੋਏ ਸਨ ਮਹਿਤਾ ਕਲਿਆਣ ਜੀ, ਉਹ ਉੱਥੇ ਰਹਿ ਰਹੇ ਸਨ। ਉੱਥੇ ਗੁਰੂ ਨਾਨਕ ਦਾ ਆਗਮਨ ਉਸ ਰਾਏ ਪੋ ਦੀ ਤਲਵੰਡੀ ਹੋਇਆ। ਗੁਰੂ ਨਾਨਕ ਪਾਤਸ਼ਾਹ ਦੇ ਆਉਣ ਨਾਲ ਰਾਏ ਪੋਏ ਦੀ ਤਲਵੰਡੀ ਕਿਵੇਂ ਨਾਨਕਿਆਣਾ ਬਣ ਗਏ, ਆਹ ਕਵਿਤਾ ਥੋੜ੍ਹੇ ਲਫ਼ਜ਼ ਕਹਿ ਕੇ ਆਪ ਤੋਂ ਖਿਮਾ ਮੰਗ ਲਵਾਂਗੇ। ਪਾਪਾਂ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਿਆ, ਸੱਚ ਅਮਾਵਸ ਕੂੜ ਚੰਦਰਮਾ, ਦੀਸੇ ਨਾਹੀਂ ਕਹਿ ਚੜਿਆ। ਗੁਰੂ ਨਾਨਕ ਦੇ ਆਉਣ ਨਾਲ ਇਸ ਦੁਨੀਆ 'ਤੇ ਕਿਵੇਂ ਬਹਾਰਾਂ ਆਈਆਂ, ਉਸ ਵੇਲੇ ਦਾ ਵਾਤਾਵਰਨ ਕਵੀ ਦੀ ਕਲਮ ਨੇ ਹੇ ਇਉਂ ਲਿਖਿਆ ਹੈ ਭਾਈ। 1526 ਨੂੰ ਪਿਛਲੀ ਰਾਤ ਪੈਰ ਦੇ ਤੜਕੇ, ਹੰਕਾਰੀ ਢਾਉਣ ਲਈ ਆ ਗਈ ਫੌਜ ਸਿਆਰਬ ਚੜ ਕੇ। ਕਲੇ ਮਾਲਵੀਆਂ ਸਭੇ ਸੋਚੀ ਪਏ ਮਲਾਣੇ, ਪਾਪਾਂ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ। 1526 ਨੂੰ ਪਿਛਲੀ ਰਾਤ ਪੈਰ ਦੇ ਤੜਕੇ, ਹੰਕਾਰੀ ਢਾਉਣ ਲਈ ਆ ਗਈ ਫੌਜ ਸਿਆਰਬ ਚੜ ਕੇ। ਕਲੇ ਮਾਲਵੀਆਂ ਸਭੇ ਸੋਚੀ ਪਏ ਮਲਾਣੇ, ਪਾਪਾਂ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ। ਮਿਲਣੀਆਂ ਵਧਾਈਆਂ ਸੀ, ਰੌਣਕ ਲੱਗੀ ਸੀ ਤਲਵੰਡੀ, ਜਿੱਤੇ ਅਕਾਲ ਦੇ ਸੋਮੇ ਦੀ ਉੱਜੜ ਜਾਊ ਪਾਪਾਂ ਦੀ ਮੰਡੀ। ਦੁਨੀਆਂ ਦੇ ਕਹਿਰ ਚੜੇ, ਇਸਨੇ ਖੁਸ਼ੀਆਂ ਮੀਂਹ ਬਰਸਾਣੇ, ਪਾਪਾਂ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ। ਕਾਲੂ ਜੀ ਧਨ ਵੰਡਦਾ, ਦਿੰਦਾ ਨਾ ਸ਼ਾ ਮੋਰਾ ਹਾਰੇ, ਫਿਰ ਚਾਚੇ ਲਾਲੂ ਨੇ ਪੁੱਤਰ ਵੇ ਕਰ ਪਈਏ ਵਾਰੇ। ਯਾਰ ਬਣੂ ਪਾਗੋ ਵਰਗੇ ਨਹੀਂ ਮੂੰਹ ਲਾਣੇ, ਪਾਪਾਂ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ। ਟੰਗਲੇ ਦੇ ਨਾਲ ਚੱਬੂ ਜਾਪੇ ਪੱਕ ਮਾਰੇ ਦਾ ਪੂਰੂ, ਜੋ ਜਗ ਨੂੰ ਗੂਰ ਰਹੇ ਇੱਕ ਦਿਨ ਉਹਨਾਂ ਨੂੰ ਕੂਰੂ। ਕਰਨ ਆਇਆ ਜਿਹੜੇ ਉਲਝ ਗਏ ਨੇ ਤਾਣੇ, ਪਾਪਾਂ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ। ਮੇਰੂ ਕਾਜੀ ਦਾ ਮੱਕਾ ਪਾਉਂਦਾ ਦਿਸੂ ਚਫੇਰੇ, ਜੋ ਸੱਜਣ ਠੱਗ ਬੜੇ ਇਸਨੇ ਰਹਿਣ ਦੇਣੇ ਵੇੜੇ। ਵਲੀਆਂ ਦੇ ਰਾਕਸ਼ ਸਿੱਧੇ ਰਾਹੇ ਪਾਉਣੇ, ਪਾਪਾਂ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ। ਓਰਾ ਦੱਸੂ ਚੋਰਾ ਨੂੰ ਇਸਨੇ ਬੈਸ ਕੇ ਸਿੱਧ ਹਰਾਉਣੇ, ਇਹ ਆਖੂ ਪਾਦੇ ਨੂੰ ਮੈਰੀ ਜੜੇ ਜੜੇ ਉਪਾੜੇ। ਭੁਗਤਣਗੇ ਜਿਨ੍ਹਾਂ ਨੇ ਲਹੂ ਪੀ ਕੇ ਸੁਖ ਮਾਣੇ, ਪਾਪਾਂ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ। ਦੁਨੀਆਂ ਪੂਜੇਗੀ ਜਿੱਥੇ ਇਹਦੀਆਂ ਸੁਣੀਆਂ ਟਾਰਾ, ਮਰਦਾਨਾ ਆਖੂਗਾ ਭੁੱਖਿਆ ਵੱਜਦੀਆਂ ਰਹੀ ਸਤਾਰਾ। ਨਾਨਕੀ ਨੇ ਕਹਿੰਦੀ ਜਾਗੇ ਪਾਗਨ ਮਾਣੇ, ਸਾਡੇ ਜਾਗੇ ਪਾਗਨ ਮਾਣੇ, ਪਾਪਾ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ। ਪਾਪਾਂ ਦੀ ਧੁੰਦ ਮਿਟੀ, ਰੱਬੀ ਜੋਤ ਜਗੀ ਨਨਕਾਣੇ। ਉਸ ਵੇਲੇ
ਇਸ ਦੁਨੀਆ 'ਤੇ ਗਰਦੋ ਗੁਬਾਰ ਪਾਪਾਂ ਦਾ ਛਾਇਆ ਹੋਇਆ ਸੀ। ਗੁਰੂ ਨਾਨਕ ਪਾਤਸ਼ਾਹ ਦੇ ਆਉਣ ਨਾਲ ਕਿੱਥੇ ਕਿੱਥੇ ਜਾ ਕੇ ਉਹ ਲੋਕ ਜਿਹੜੇ ਪਾਪ ਕਰ ਰਹੇ ਸਨ, ਗੁਰੂ ਨਾਨਕ ਦੇ ਆਉਣ ਨਾਲ ਇਸ ਜੱਗ 'ਤੇ ਕਿਵੇਂ ਬਹਾਰਾਂ ਆਈਆਂ। ਧੰਨ ਗੁਰੂ ਨਾਨਕ ਸਾਹਿਬ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸਾਰੀ ਹੀ ਸੰਗਤ ਨੂੰ ਸਾਡੇ ਜਥੇ ਵੱਲੋਂ ਲੱਖ ਲੱਖ ਵਧਾਈਆਂ। ਜੋ ਇਹ ਪ੍ਰੋਗਰਾਮ ਗੁਰੂ ਹਰ ਰਾਏ ਸਾਹਿਬ ਵਿੱਚ ਮਨਾਇਆ ਜਾ ਰਿਹਾ ਹੈ, ਵਿਸ਼ਾਲ ਜਿਹੜਾ ਬਹੁਤ ਵੱਡਾ ਪੰਡਾਲ ਹੈ, ਸੰਗਤਾਂ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਘਰ ਬੈਠੀਆਂ ਜਿੱਥੇ ਜਿੱਥੇ ਵੀ ਸੰਗਤਾਂ ਹਨ, ਟੀਵੀਆਂ 'ਤੇ ਸੁਣ ਰਹੇ ਹਨ, ਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਬਣਾਓ। ਸਾਡੇ ਬੋਲਦਿਆਂ ਕੋਲ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਮਾਫ਼ ਕਰ ਦੇਣੀਆਂ। ਅੱਗੇ ਆਉਣ ਵਾਲੇ ਸਮੇਂ ਵਿੱਚ ਇਹ ਨੌਜਵਾਨ ਇਸੇ ਤਰ੍ਹਾਂ ਕੌਮ ਦੀ, ਦੇਸ਼ ਦੀ ਸੇਵਾ ਕਰ ਸਕਣ। ਆਓ ਸਾਡੇ ਜਥੇ ਨੂੰ ਬੁਲਾਓ ਫਤਿਹ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।